ਜਿੰਨਾ ਜਿੰਨਾ ਪੈਪਰ ਚੇਂਜ ਕਰਵਾਉਣੇ ਨੇ ਨਾ ਜਰਮਨੀ ਵਿੱਚ ਹੈ। ਉਹ ਇਹ ਵੀਡੀਓ ਧਿਆਨ ਨਾਲ ਸੁਣਿਓ ਮੇਰੀ ਵੀਡੀਓ। ਧਿਆਨ ਨਾਲ ਵੇਖਿਓ। ਤੇ ਤੁਹਾਨੂੰ ਪੂਰੀ ਗੱਲ ਸਮਝਾਵਾਂਗਾ। ਤੇ ਮੇਰੇ YouTube ਨੂੰ ਫੋਲੋ ਵੀ ਕਰਕੇ ਜਾਇਓ। ਸਹੀ ਹੈ? ਇੱਥੇ ਜਨਾਬ ਆਮਨੇ ਦੀ ਪਹਿਲਾਂ ਤੁਸੀਂ ਲੂੰਡਰੇ ਮਕਾਨ ਕੋਈ ਤੁਹਾਡਾ ਆਪਣਾ ਰਿਸ਼ਤੇਦਾਰ ਜਾਂ ਕੋਈ ਮਹੱਲੇ ਦਾ ਕੋਈ ਇਤਨਾ ਵੱਡਾ ਕੰਮ ਕੋਈ ਨਹੀਂ ਆਵੀ। ਮਕਾਨ ਲੱਭ ਜਾਂਦਾ ਹਰ ਕੰਮ ਹੋ ਜਾਂਦਾ ਹੈ ਇਹ ਜਿਹੜੇ ਆਂਦੇ ਨੇ ਮਕਾਨ ਨਹੀਂ ਲੱਭਦਾ ਵੀ ਜਰਮਨੀ ਵਿੱਚ ਮਕਾਨ ਛੋਟ ਨੇ ਡਰੈਸ ਨਹੀਂ ਲੱਭਦਾ ਵੀ ਇਹ ਸਭ ਝੂਠ ਮਾਰਦੇ ਨੇ ਇਹ ਨਾ ਕਰਵਾਨੀ ਦੀ ਗੱਲਾਂ ਹੁੰਦੀਆਂ ਨੇ ਇੱਕ ਮਕਾਨ ਤੇ ਇੱਕ ਮਾਲਕ ਦਾ ਕੰਟਰੈਕਟ ਇਹ ਦੋ ਚੀਜ਼ਾਂ ਚਾਹੀਦੀਆਂ ਨੇ ਜਿਹੜਾ ਲੱਭਣਾ ਨੇ ਤੁਹਾਨੂੰ ਮਕਾਨ ਦਾ ਡਰੈਸ ਉਹ ਤੁਸੀਂ ਲੈ ਕੇ ਜਾਣਾ ਰਸਟ ਹਾ우스 ਵਿੱਚ ਮੈਂ ਪੇਪਰ ਚੇਂਜ ਕਰਵਾਇਆ ਨਾ ਤਾਂ ਤੁਹਾਨੂੰ ਬਗ ਦੱਸਣਾ ਤਾਂ ਮੈਂ ਵੀਡੀਓ ਬਣਾਇ ਜੇ ਨਹੀਂ ਤਾਂ ਮੈਨੂੰ ਕਾਦੀ ਲੋੜੀ ਵੀਡੀਓ ਬਣਾਉਣ ਦੀ ਮੈਂ ਜਾਨਾ ਵੈ ਚਲੋ ਤੁਹਾਡਾ ਭਲਾ ਹੋ ਜਾ ਸਾਰੇ ਆਂਦਾ ਅੱਛਾ ਜਨਾਬ ਰਾਤ ਉਸ ਵਿੱਚ ਜਾਣਾ ਉੱਥੇ ਤੁਸੀਂ ਟੈਕਸ ਨੰਬਰ ਕਢਵਾਣਾ ਉਹ ਸਾਰਾ ਕੁਝ ਤੁਹਾਨੂੰ ਦੇਣ ਦੇ ਠੀਕ ਉਹ ਤੁਸੀਂ ਸਾਰਾ ਕੁਝ ਜਨਾਬ ਨਾਲ ਲਾ ਕੇ ਇੱਕ ਸਿਹਤ ਕਾਰਡ ਦਾ ਵੀ ਉਹ ਨੰਬਰ ਕਢਵਾਉਣਾ ਤੁਸੀਂ ਉਹ ਵੀ ਕਢਵਾ ਕੇ ਇੰਸ਼ੋਰੈਂਸ ਕਾਰਡ ਨੂੰ ਆਂਦੇ ਨੇ ਉਹ ਤੁਸੀਂ ਟਰ ਜਾਣਾ ਇਮੀਗ੍ਰੇਸ਼ਨ ਦੇ ਦਫ਼ਤਰ ਲੈ ਕੇ ਸਾਰਾ ਕੁਝ ਇੱਕ ਫੋਟੋ ਏਗਾ ਉਹ ਤੁਹਾਨੂੰ ਤੁਸੀਂ ਪਹਿਲਾਂ ਜਾਓ ਇਮੀਗ੍ਰੇਸ਼ਨ ਦੇ ਦਫ਼ਤਰ ਕਿਹੜੀ ਕਿਹੜੀ ਚੀਜ਼ ਚਾਹੀਦੀ ਇੰਗਲਿਸ਼ ਵਿੱਚ ਦੱਸਿਓ ਉਹਨਾਂ ਨੂੰ ਉਹ ਤੁਹਾਨੂੰ ਪੂਰਾ ਸਮਝਾਣ ਦੇ ਆ ਦੂਸਰੇ ਮੁਲਕ ਆਰ ਨਹੀਂ ਹੈ ਵੀ ਪੂਰਾ ਸਮਝਾਉਂਦੇ ਨੇ ਤੁਹਾਨੂੰ ਜਰਮਨ ਦੇ ਬਹੁਤ ਅੱਛੇ ਬੰਦੇ ਨੇ ਠੀਕ ਹੈ ਤੁਹਾਡੇ ਪੇਪਰ ਚੇਂਜ ਹੋ ਜਾਣ ਦੇ 1 ਮਹੀਨੇ ਵਿੱਚ ਇਹ 1 ਮਹੀਨੇ ਵਿੱਚ ਸਹੀ ਐ ਏਡੀ ਵੱਡੀ ਕੋਈ ਗੱਲ ਐ ਵੀ ਤੁਸੀਂ ਮੇਰੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰੋ ਚਲੋ ਕਿਸਦਾ ਭਲਾ ਹੋ ਜੇ ਘਰ ਭਲਾ ਦੇ ਮੱਤੇ ਹੋਵੇ ਹੀ ਭਲਾ ਸਹੀ ਹੈ ਇਹ ਵੀਡੀਓ ਨੂੰ ਸ਼ੇਅਰ ਕਰੋ ਆਮ ਨੂੰ ਦੂਸਰਾ ਇਹ ਲੱਭ ਹੋਵੇ ਆਮ ਦੀ